सरहदी जिला फिरोजपुर दे हलका जीरा तो एक दिल दहलाउण वाला मामला सामने आया है, जिथे गरीब परिवार दा बच्चा जिसकी उम्र करीब 13 साल जो घरों लापता होया सी, जिसकी मां बाप अते रिश्तेदारां वल्लों भाल कीती जा रही सी, अते अज उस बच्चे की लाश खेतां विचों मिली है। इस संबंधी जानकारी दिंदिया परिवार ने दस्या कि उन्हां दी किसे नाल भी कोई दुश्मनी नहीं है। उन्हां दस्या कि जशन तीन भैणां दा कल्ला भरा है जो कल दा लापता सी, अते पुलिस वल्लों उन्हां नूं भरोसा दवाया गया सी कि 24 घंटियां विच लड़के नूं लभ लिया जाएगा, पर उन्हां ए नहीं पता सी कि उन्हां दा पुत्त इस तरह लगेगा। उन्हां मांग कीती है कि जिन्हां ने भी उन्हां दे पुत्तर नाल अजिहा कीता है उन्हां नूं लभ के उन्हां ते सख्त तो सख्त कार्रवाई कीती जावे। ਇਹਦੇ ਵਿੱਚ ਇਹ ਹੈ ਜੀ, ਇਹ ਜਸਵਿੰਦਰ ਸਿੰਘ ਹੈ, ਇਹਦਾ ਛੋਟਾ ਨਾਮ ਬੱਚੇ ਦਾ ਜਸ਼ਨ ਹੈ। ਇਹਦੇ ਫਾਦਰ ਚੇਤਨ ਸਿੰਘ ਹੈ। ਇਹ ਜਿਹੜੇ ਆ ਵਿਚਾਰਾ ਗੋਲ ਗੱਪੇ ਦੀ ਰੇਹੜੀ ਲਾਉਂਦਾ, ਗਰੀਬ ਘਰ ਦਾ ਬੱਚਾ ਹੈ। ਇਹ ਆਪਣੇ 13 ਕੁ ਸਾਲ ਉਮਰ ਇਹਦੀ, ਅਤੇ ਇਹ 9 ਤਰੀਕ ਤੋਂ ਜਿਹੜਾ ਇਹ ਘਰੋਂ ਗਾਇਬ ਸੀ। ਅਸੀਂ ਇਹਦੇ ਵੀਡੀਓ ਕੈਮਰੇ ਵਗੈਰਾ ਚੈੱਕ ਕਰਦੇ ਰਹੇ, ਇੱਥੇ ਖੇਡਦਾ ਖੁੱਡਦਾ ਰਿਹਾ ਹੈ। ਬਾਕੀ ਅਸੀਂ ਮੌਕੇ 'ਤੇ ਆਏ ਹਾਂ, ਔਰ ਇਹਨੂੰ ਪਰਚਾ ਲੱਗਿਆ ਦੇਣ, ਪਰਚਾ ਦੇ ਕੇ ਇਹਨੂੰ ਟਰੇਸ ਕਰਾਂਗੇ ਅਸੀਂ। मेरे भरा दा की सोचा किसे ने, सानू कहिंदे 24 घंटिआं च लब्भा गए, 24 घंटिआं बाद गल सुणा गए साडी, असीं बूहे पट्टे बथेरे, साडी कोई सुनवाई नहीं हुंदी पई, सानू की दस्सीए, असीं तां दिन रात घंटा रोक जो, दो रोक जो, असीं कित्थे रुक गए, साडा पुत्त घरों 3 दिन हो गए गए नूं, 3 दिन हो गए सानू लभदे नूं, मेरा भरा लोकां दे प्लेटां धो धो के कमाई कर कर पुत्त पालदा है। हाए इको इक मुंडा सी, इको इक कल्ला कल्ला पुत्त सी, की सुनिया साडा, हाए हाए सानू सुनवाई दो, साडा पुत्त कित्थे आ, सानू 3 दिनां च कहिंदे सी लभ के दवो, सानू 24 घंटिआं च कहिंदे सी, सानू 24 घंटिआं च की दित्ता, ਸਾਨੂੰ 24 ਘੰਟੇ ਜਾ ਦਿੱਤੀ ਇੱਕ, ਅਸੀਂ ਤਾਂ ਅੱਗੇ ਲੁੱਟੇ ਪਏ ਹਾਂ, ਹਾਏ ਹਾਏ ਸਾਨੂੰ ਕੀ ਪਤਾ ਕਿਹੜਾ ਕੰਜਰ ਆ, ਜਾਂ ਫੋਨ ਮੰਗਦਾ ਸੀ ਅਸੀਂ ਫੋਨ ਦੇ ਦਿੰਦੇ, ਜਾਂ ਕੋਈ ਪੈਸਾ ਮੰਗਦਾ ਸੀ ਅਸੀਂ ਪੈਸੇ ਦੇ ਦਿੰਦੇ, ਸਾਡੇ ਪੁੱਤ ਨਾ ਇਹ ਹਰਕਤ ਨਾ ਕਰਦੇ, ਸਾਨੂੰ ਸਾਡਾ ਪੁੱਤ ਚਾਹੀਦਾ ਸੀ, ਮੇਰੇ ਭਰਾ ਦੇ ਮੂੰਹ ਵਾਲੇ ਕੀ ਸੋਚਿਆ, ਹਾਏ ਹਾਏ ਕਹਿਣ ਵਾਲੀ ਤਾਂ ਕੋਈ ਗੱਲ ਨਹੀਂ ਰਹਿ ਗਈ ਜੀ। ਪਰਸੋਂ ਦੀ ਗੱਲ ਆ ਵੀ ਇਹ 6 ਕੁ ਵਜੇ ਘਰੋਂ ਬਾਜ਼ਾਰ ਵਾਸਤੇ ਗਿਆ, ਉਦੋਂ ਬਾਅਦ ਕੋਈ ਨਹੀਂ ਉਹਦਾ ਪਤਾ ਲੱਗਾ। ਅੱਜ ਪਤਾ ਲੱਗਾ ਵੀ ਇੱਥੇ ਕਿਸੇ ਨੇ ਦੇਖਿਆ ਸਾਈਕਲ ਤੋਂ, ਅਤੇ ਪਤਾ ਲੱਗਾ ਵੀ ਲਾਸ਼ ਇੱਥੇ ਕਣਕਾਂ ਦੇ ਵਿੱਚ ਸੁੱਟ ਗਏ। ਜਿਹਨੇ ਵੀ ਕੀਤਾ ਬਹੁਤ ਮਾੜਾ ਕੀਤਾ, ਇਦੋਂ ਮਾੜਾ ਕੋਈ ਹੋ ਨਹੀਂ ਸਕਦਾ। ਇੱਕ ਛੋਟਾ ਜਿਹਾ ਮਾਸੂਮ ਬੱਚਾ, 3 ਭੈਣਾਂ ਦਾ ਇੱਕੋ ਭਰਾ, ਪਿਓ ਗੋਲਗੱਪੇ ਦਾ ਕੰਮ ਕਰਦਾ, ਵੀ ਕਿੱਡਾ ਕੁ ਅਮੀਰ ਹੋਊਗਾ ਜਿਹੜਾ ਕਿ, ਅਤੇ ਸਮਝ ਨਹੀਂ ਆਉਂਦੀ ਵੀ ਕਿਸ ਗੱਲ ਤੋਂ ਐਡੀ ਵੱਡੀ ਜਿਹੜਾ ਇਲਜ਼ਾਮ ਇਹਨਾਂ ਨੂੰ ਦਿੱਤਾ ਗਿਆ ਵੈ। ਬਹੁਤ ਮੇਰੇ ਕੋਈ ਸ਼ਬਦ ਨਹੀਂ ਜਿਹੜਾ ਸ਼ਬਦਾਂ ਨਾਲ ਮੈਂ ਗੱਲ ਕਰ ਸਕਾਂ। ਵੇਖ ਕੇ ਮਨ ਐਡਾ ਦੁਖੀ ਹੋਇਆ। ਪੁਲਿਸ ਪ੍ਰਸ਼ਾਸਨ ਨੂੰ ਕੀ ਹਦਾਇਤਾਂ ਦਿੱਤੀਆਂ? ਉਸ ਨੂੰ ਮੈਂ ਜਦੋਂ ਮੈਨੂੰ ਬੇਟੇ ਮੇਰੇ ਨੇ ਦੱਸੀ ਗੱਲ, ਤਾਂ ਉਸੇ ਟਾਈਮ ਮੈਂ ਬਾਹਰ ਸੀਗਾ ਕਿਤੇ, ਉੱਥੋਂ ਹੀ ਵਾਪਸ ਆ ਗਿਆ। ਅਤੇ ਵੈਸੇ ਤਾਂ ਪਰਸੋਂ ਤੋਂ ਹੀ ਅਸੀਂ ਸਾਰੇ ਫੋਨ ਘੁਮਾਈ ਜਾਂਦੇ ਹਾਂ, ਅਫਸਰਾਂ ਤੱਕ ਵੀ ਗੱਲ ਪਹੁੰਚਾਈ ਆ, SSP ਨੂੰ ਵੀ, ਇੱਥੇ DSP ਸਾਹਿਬ, ਸਾਰੇ ਜਿੰਨੇ ਵੀ ਮੁਲਾਜ਼ਮ ਆ ਭੱਜ ਨੱਸ ਕਰੀ ਜਾਂਦੇ ਆ। ਟੀਮ ਲਾਈ ਹੋਈ ਆ 4 ਚੁਫੇਰੇ ਸ਼ਹਿਰ ਦੇ, ਜਿੰਨੀ ਕੁ ਜੋਗੇ ਹੈਗੇ ਆ ਸਾਰਿਆਂ ਨੂੰ ਪੁਲਿਸ ਵੀ ਲੱਗੀ ਆ। ਅਸੀਂ ਵੀ ਚਲੋ ਆਪਦੇ ਸੱਜਣਾ ਮਿੱਤਰਾਂ ਨੂੰ ਕਿਹਾ ਵੀ ਆਹ ਫੋਟੋ ਲਿਆ ਕੇ ਦਿਓ, ਉਹਨੇ ਪਾਈਏ, ਪਰ ਕੋਈ ਉਗ ਸੁੱਗ ਨਹੀਂ। ਹੱਦੋਂ ਜ਼ਿਆਦਾ ਮਾੜੀ ਹਰ ਗੱਲ ਹੋਈ ਆ, ਸ਼ਬਦਾਂ ਨਾਲ ਬਿਆਨ ਨਹੀਂ ਕੀਤੀ ਜਾ ਸਕਦੀ ਜੋ ਇਹ ਐਡੀ ਮਾੜੀ ਹਰਕਤ ਕਿਸੇ ਨੇ ਕੀਤੀ ਆ ਨਾ। ਪੁਲਿਸ ਨੂੰ
हदायत की गई है, बाहरों टीम मंगा आदियाँ पड़िया कि ये फेस तो सारी जो भी रीडिंग लैके डेड बॉडी तो उसकी पूरी छानबीन की जाऊगी। तो जिन्हों ने इस घटना अंजाम दिता वा बिल्कुल नहीं बख्शे जाएंगे, किसी कीमत पर भी उन्होंने छड़िया नहीं जाऊंगा। तो पता ला के रखांगे, आप भी जिन्नी योग है अभी भी आपदे आपदी टीम नू ते पुलिस नू भी क्या होया मैं परिवार के नाल आपदियां दिल दियां गहराइयां तो दुख सांझा करदा। बहुत माड़ा होया, बहुत माड़ा, मैं शब्द नहीं मेरे को।